ਹੁਣ ਖਾਓ ਮਰੂਦ ਸਾਨੂੰ ਤਾਂ ਖਾਣ ਹੀ ਨਹੀਂ ਦਿੰਦੀਆਂ ਸੀਆਂ ਵਿੱਚ ਵੜ ਕੇ ਬਹਿ ਜਾਂਦੀਆਂ ਸੀਆਂ ਉਹ ਇਹਦੇ ਵਿੱਚ ਕੀ ਤਾੜ ਲਿਆ ਪਵਣ ਇਧਰ ਤਾਂ ਨਹੀਂ ਤਾੜ ਲਿਆ ਕੋਈ ਨਾ ਨਾ ਜੀ ਭੂਤ ਨਹੀਂ ਇੱਕ ਜਿਹੜੀ ਚੀਜ਼ ਤਾਂ ਇਹਦੇ ਵਿੱਚ ਭੂਤਾ ਤੋਂ ਵੀ ਵੱਡੀ ਚੀਜ਼ ਵੱਡੀ ਹੋਈ ਆ ਅੱਛਾ ਹਾਂਜੀ ਆ ਦੇਖੋ ਦੋਸਤੋ ਇਹ ਆਪਾਂ ਇੱਥੇ ਡੱਬਾ ਜਹਾ ਟੰਗਿਆ ਸੀਗਾ ਤੇ ਇਹਦੇ ਵਿੱਚ ਇੱਥੇ ਜਿਹੜੀ ਕਿ ਦਵਾਈ ਪੈਂਦੀ ਆ ਠੀਕ ਹਾਂਜੀ ਤੇ ਮੱਖੀਆਂ ਜਿਹੜੀਆਂ ਇਧਰ ਦੀ ਤੇ ਇਧਰ ਦੀ ਵੜ ਜਾਂਦੀਆਂ ਜਿਹੜੇ ਫੂਡ ਤੇ ਮਤਲਬ ਕਿ ਫਰੂਟਾਂ ਦੇ ਡੰਗ ਮਾਰਦੀਆਂ ਹਾਂਜੀ ਜਿਹੜੀਆਂ ਫਰੂਟਾਂ ਦੇ ਡੰਗ ਮਾਰਦੀਆਂ ਤੇ ਫਿਰ ਫਰੂਟ ਦੇ ਵਿੱਚ ਕੀੜੇ ਪੈ ਜਾਂਦੇ ਆ ਹੁਣ ਨਹੀਂ ਕੀੜੇ ਪੈਂਦੇ ਨਹੀਂ ਜੀ ਬਿਲਕੁਲ ਨਹੀਂ ਪੈਂਦੇ ਸੋ ਦੋਸਤੋ ਅਸੀਂ ਸਾਰੇ ਬੂਟਿਆਂ ਦੇ ਲਿਆ ਕੇ ਟੰਗਤੀਆਂ ਹਾਂ ਜੀ ਕਿਉਂਕਿ ਅਸੀਂ ਸਾਡਾ ਇਹ ਫਾਰਮ ਸਾਰਾ ਆਰਗੈਨਿਕ ਆ ਤੇ ਨਾਲੇ ਇਹ ਕੋਈ ਮਹਿੰਗੀ ਵੀ ਨਹੀਂ ਆਉਂਦੀ 100 ਰੁਪਏ ਦੀ ਸਾਰੀ ਚੀਜ਼ ਆ ਤੇ ਤੁਸੀਂ ਵੀ ਲਿਆ ਕੇ ਟੰਗੋ ਜਿਹੜੇ ਜੇ ਤੁਹਾਡੇ ਇੱਕ ਇੱਕ ਬੂਟਾ ਵੀ ਲੱਗਿਆ ਨਾ ਉਹਦੇ ਤੇ ਤਾਂ ਜ਼ਰੂਰ ਟੰਗੋ ਤੁਸੀਂ ਠੀਕ